देश में वड्डे पद्धर से फैली भैड़ी महामारी कोरोना के नाल जिथे वड्डी गिणती में आम जनता पीड़ित होकर मर रही है उत्थे ही देश में आक्सीजन की वड्डी घाट होने के कारण मौतां वड्डी गिणती में हो रही हैं। आक्सीजन की घाट को पूरा करने देश में ही नहीं सूबे पंजाब भी वख-वख जथेबंदियां ने पहलकदमी करदियां इस घाट को पूरा किया। इस दे चलदियां श्री गुरु नानक देव जी के उपदेश गरीब का मुख्य गुरु की गोलक से पिछले लंबे समय तो पहरा देंदियां हर घर बंदर मनुखता की सेवा करती आ रही शहीद बाबा दीप सिंह वैलफेयर सोसायटी रजिस्टर नाभा ने जिथे कोरोना के नाल संबंधित मरीजों ने पिछले लंबे समय तो घर में सुखा और पक्का राशन देने तो इलावा लोड़वंदा ने घर बना देना सेहत सहूलत सिक्ख्या की सहूलत देने तो इलावा समाज सेवा में मोहरी है। उत्थे ही संस्था के वलों एक नवा उपराला कोरोना पीड़ित मरीजों लिए निष्काम सिख वैलफेयर कौंसल नवी दिल्ली के वड्डे सहयोग के खुले आक्सीजन के लंगर कंसट्रेटर लिया के लगा दिए गए हैं। अज संस्था के वलों मुख सेवादार भाई अमरीत सिंह लवली खालसा की अगुवाई में इतिहासक स्थान गुरुद्वारा अकालगढ़ साहब विखे आक्सीजन के लंगर की शुरुआत गुरु महाराज की हजूरी में अरदास बेनती कर उपरंत की गई। भाई खालसा ने दसा कि निष्काम सिख वैलफेयर कौंसल नवी दिल्ली के सहयोग के नाल यह कार्य किया जा रहा है। इस समय विशेष तौर पर एसडीएम नाभा काला राम कौंसल शहर नाभा के सरकारी अस्पताल तो एसडीओ दलवीर कौर कोरोना स्पैशलिस्ट डॉक्टर अनुमेहा भला ने जिथे शमूलियत की उत्थे ही श्रोमणी कमेटी मैंबर बीबी हरदीप कौर खोख और उन्होंने पति जथेदार बलतेज सिंह खोख मैनेजर नरेंद्रजीत सिंह गुरुद्वारा डेरा बाबा आजापाल सिंह जी घोड़ियावाला भी पहुंचे। गलबात के दौरान एसडीएम नाभा ने जिथे संस्था के इस उपराले की शलाघा की है उत्थे उन्होंने दसाया कि पिछले लंबे समय तो संस्था हल्के लोग भलाई के कार्य करती आ रही है। ਆਕਸੀਜਨ ਕੰਸਨਟ੍ਰੇਟਰ ਪਰਚੇਜ਼ ਕੀਤੇ ਗਏ ਨੇ ਉਹ ਬੜਾ ਸ਼ਲਾਘਾਯੋਗ ਉਪਰਾਲਾ ਹੈ ਕਿਉਂਕਿ ਅੱਜ ਦੇ ਜਿਹੜਾ ਕੋਰੋਨਾ ਮਹਾਂਮਾਰੀ ਦਾ ਦੌਰ ਹੈ ਕਈ ਜਿਹੜੇ ਕ੍ਰਿਟੀਕਲ ਪੇਸ਼ੈਂਟਸ ਹੁੰਦੇ ਨੇ ਉਹ ਕੋਵਿਡ ਨੈਗੇਟਿਵ ਜਾਂ ਇਲਾਜ ਕੰਪਲੀਟ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਆਕਸੀਜਨ ਦੀ ਜ਼ਰੂਰਤ ਰਹਿੰਦੀ ਹੈ ਉਹ ਫਿਰ ਆਕਸੀਜਨ ਸਿਲੰਡਰ ਆਮ ਤੌਰ 'ਤੇ ਕਈ ਵਾਰ ਅਵੇਲੇਬਲ ਨਹੀਂ ਹੁੰਦਾ ਅਤੇ ਉਹ ਫਿਰ ਖਾਲੀ ਸਿਲੰਡਰ ਭਰਵਾਇਆ ਵੀ ਨਹੀਂ ਜਾਂਦਾ ਕਈ ਵਾਰ ਇਸ ਕਰਕੇ ਉਹਨਾਂ ਨੂੰ ਪ੍ਰੋਬਲਮ ਰਹਿੰਦੀ ਹੈ ਦੀ ਜ਼ਰੂਰਤ ਹੈ ਕਾਫੀ ਜ਼ਰੂਰਤ ਹੈ ਇਹ ਮਤਲਬ ਡਿਮਾਂਡ ਵੀ ਕਾਫੀ ਰਹਿੰਦੀ ਹੈ ਪੇਸ਼ੈਂਟਸ ਦੀ ਜਿਹੜੇ ਚਾਹੇ ਕਰੋਨਾ ਮਹਾਂਮਾਰੀ ਮਤਲਬ ਕਰੋਨਾ ਬਿਮਾਰੀ ਤੋਂ ਠੀਕ ਹੋ ਚੁੱਕੇ ਨੇ ਇਸ ਚੀਜ਼ ਨਾਲ ਵੀ ਲੰਗਸ ਕਰਕੇ ਰਾਹਤ ਮਿਲ ਸਕਦੀ ਲੰਗਸ ਜਿਹੜੀ ਪ੍ਰੋਬਲਮ ਉਹਨਾਂ ਨੂੰ ਰਹਿੰਦੀ ਹੈ ਉਹਦੇ ਕਰਕੇ ਆਕਸੀਜਨ ਦੇ ਜਿਹੜੇ ਕੰਸਨਟ੍ਰੇਟਰ ਦੀ ਕਾਫੀ ਜ਼ਰੂਰਤ ਰਹਿੰਦੀ ਹੈ ਇਸ ਕਰਕੇ ਬਹੁਤ ਹੀ ਵਧੀਆ ਸ਼ਲਾਘਾਯੋਗ ਉਪਰਾਲਾ ਹੈ ਇਹ ਮਤਲਬ ਇਹਨੂੰ ਮੈਂ ਗੁਜ਼ਾਰਿਸ਼ ਕਰਦਾ ਵੀ ਇੱਕ ਕੋਈ ਕਮੇਟੀ ਵਗੈਰਾ ਬਣਾ ਕੇ ਪ੍ਰੋਪਰਲੀ ਇਹਨੂੰ ਯੂਜ਼ ਕੀਤਾ ਜਾਵੇ ਅਤੇ ਇਸ ਚੀਜ਼ ਨੂੰ ਪਬਲਿਸਾਈਜ਼ ਵੀ ਕੀਤਾ ਜਾਵੇ ਅਸੀਂ ਵੀ ਆਪਣੇ ਵੱਲੋਂ ਲੋਕਾਂ ਦੇ ਵਿੱਚ ਇਹਨੂੰ ਮਤਲਬ ਅਵੇਅਰ ਕਰ ਦਾਂਗੇ ਵੀ ਇੱਥੇ ਅਵੇਲੇਬਲ ਨੇ ਇਸ ਕਰਕੇ ਨਾਭਾ ਦੇ ਵਿੱਚ ਕਰੋਨਾ ਕੇਸ ਨੇ ਜਿਹੜੇ ਥੋੜ੍ਹਾ ਜਿਹਾ ਤਕਰੀਬਨ 50% ਕੇਸ ਜਿਹੜੇ ਪੀਕ ਤੋਂ ਘੱਟ ਗਏ ਇਸ ਵਕਤ ਜਿਹੜੇ ਸਾਡੇ ਕੋਲ ਐਕਟਿਵ ਕੇਸ ਨੇ ਐਕਟਿਵ ਮੀਨ ਜਿਹੜੇ 10 ਦਿਨਾਂ ਦੇ ਅੰਦਰ ਅੰਦਰ ਪੇਸ਼ੈਂਟਸ ਨੇ ਉਹ ਤਕਰੀਬਨ 350 ਪੇਸ਼ੈਂਟਸ ਨਾਭਾ ਦੇ ਦੇਖੋ ਜਿਹੜਾ ਕਰੋਨਾ ਮਹਾਂਮਾਰੀ ਆਮ ਤੌਰ 'ਤੇ ਆਪਾਂ ਅਖਬਾਰਾਂ 'ਚ ਵੀ ਪੜ੍ਹਦੇ ਹਾਂ ਟੀ ਵੀ 'ਤੇ ਵੀ ਦੇਖਦੇ ਹਾਂ ਦਿਨੋਂ ਦਿਨ ਕੇਸ ਚਾਹੇ ਘੱਟ ਰਹੇ ਨੇ ਪਰੰਤੂ ਜਿਹੜਾ ਕਰੋਨਾ ਮਹਾਂਮਾਰੀ ਦਾ ਖਤਰਾ ਹੈ ਉਹ ਬਰਕਰਾਰ ਹੈ ਇਸ ਕਰਕੇ ਆਪਾਂ ਨੂੰ ਢਿੱਲ ਨਹੀਂ ਵਰਤਣੀ ਚਾਹੀਦੀ ਜਿਹੜੇ ਇਕੱਠ ਨੇ ਵਿਆਹ ਸ਼ਾਦੀਆਂ ਨੇ ਭੋਗ ਨੇ ਜਾਂ ਅੰਤਿਮ ਸੰਸਕਾਰ ਨੇ ਜਾਂ ਕੋਈ ਹੋਰ ਵੀ ਇਕੱਠ ਨੇ ਧਾਰਮਿਕ ਸਮਾਗਮ ਨੇ ਉਹਨਾਂ ਦੇ ਵਿੱਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਅਤੇ ਆਪਣੇ ਜਿਹੜੇ ਕੋਵਿਡ ਪ੍ਰੀਕੋਸ਼ਨਸ ਨੇ ਉਹਨਾਂ ਦੀ ਉਹ ਉਸੇ ਤਰ੍ਹਾਂ ਹੀ ਪਾਲਣਾ ਕਰਨੀ ਚਾਹੀਦੀ ਹੈ ਇਹ ਲੋਕਾਂ ਦੇ ਸਾਥ ਨਾਲ ਹੀ ਵੈਸੇ ਹੋਇਆ ਕਿਉਂਕਿ ਸਰਕਾਰ ਨੇ ਜਿਹੜਾ ਥੋੜ੍ਹਾ ਜਿਹਾ ਮਿੰਨੀ ਲੋਕਡਾਊਨ ਲਗਾਉਣ ਦਾ ਫੈਸਲਾ ਕੀਤਾ ਸੀ ਇਹਦੇ ਵਿੱਚ ਲੋਕਾਂ ਨੇ ਸਾਥ ਦਿੱਤਾ ਹੁਣ ਜਿਵੇਂ ਪਿਛਲੇ ਫੇਜ਼ ਦੇ ਵਿੱਚ ਮਾਸਕ ਬਹੁਤ ਘੱਟ ਲਗਾਉਂਦੇ ਸੀ ਲੋਕ ਇਸ ਵਾਰ ਮਾਸਕ ਬਹੁਤ ਜ਼ਿਆਦਾ ਵਰਤੋਂ ਕਰਨ ਲੱਗੇ ਨੇ ਇਹ ਮਤਲਬ ਮੰਨਣਾ ਪਏਗਾ ਵੀ ਉਸ ਕਾਰਨ ਥੋੜ੍ਹੇ ਕੇਸ ਘਟੇ ਨੇ ਇਹਨੂੰ ਇਸੇ ਤਰ੍ਹਾਂ ਹੀ ਜਿਹੜੇ ਪ੍ਰੀਕੋਸ਼ਨਸ ਨੇ ਉਸੇ ਪ੍ਰਕਾਰ ਹੀ ਆਪਾਂ ਨੂੰ ਬਰਕਰਾਰ ਰੱਖਣਾ ਪਏਗਾ ਉਸੇ ਪ੍ਰਕਾਰ ਹੀ ਅਮਲ 'ਚ ਲਿਆਉਣਾ ਪਏਗਾ ਤਾਂ ਹੀ ਇਹ ਕੇਸ ਘਟਣਗੇ ਬਿਲਕੁਲ ਇਹਨਾਂ ਦੇ ਵਿੱਚ ਬਹੁਤ ਅੱਛਾ ਉਪਰਾਲਾ ਆ ਆਕਸੀਜਨ ਕੰਸਨਟ੍ਰੇਟਰ ਇਹਨਾਂ ਨੇ ਜਿਹੜੇ ਆਕਸੀਜਨ ਲੰਗਰ ਤੋਂ ਆਪਾਂ ਕਰ ਰਹੇ ਹਾਂ ਇਹਦੇ ਨਾਲ ਜਿਹੜੇ ਕਰੋਨਾ ਦੇ ਪੇਸ਼ੈਂਟਸ ਠੀਕ ਹੋ ਜਾਂਦੇ ਆ ਪਰ ਉਹਨਾਂ ਦਾ ਹਜੇ ਉਹਨਾਂ ਨੂੰ ਟਾਈਮ ਲੱਗਦਾ ਹੀਲਿੰਗ ਹੋਣ ਦੇ ਵਿੱਚ ਉਹਨਾਂ ਨੂੰ ਆਕਸੀਜਨ ਦੀ ਲੋੜ ਹੁੰਦੀ ਆ ਉਹਨਾਂ ਵਾਸਤੇ ਇਹ ਬਹੁਤ ਹੀ ਫਾਇਦੇਮੰਦ ਹੈ ਇਹ ਸਰਕਾਰੀ ਹਸਪਤਾਲ ਦੇ ਵਿੱਚ ਵੀ ਨਹੀਂ ਸਰਕਾਰੀ ਹਸਪਤਾਲ ਦੇ ਵਿੱਚ ਤਾਂ ਸਾਡੇ ਕੋਲ ਹੈਗੇ ਆ ਪਰ ਇਹ ਇਹਨਾਂ ਦਾ ਜਿਵੇਂ ਹੈਗਾ ਇਹ ਲੋਕਾਂ ਨੂੰ ਜਿਹਨਾਂ ਨੂੰ ਘਰਾਂ ਦੇ ਵਿੱਚ ਲੋੜ ਪੈਂਦੀ ਹੈ ਕਈ ਵਾਰੀ ਪੇਸ਼ੈਂਟ ਨੂੰ ਬਾਕੀ ਠੀਕ ਹੋ ਜਾਂਦਾ ਆ ਪਰ ਉਹਨੂੰ ਹਜੇ ਉਹਦੀ ਆਕਸੀਜਨ ਦੀ ਲੋੜ ਪੈਂਦੀ ਹੈ ਉਹਨਾਂ ਵਾਸਤੇ ਹਾਂ ਉਹ ਤਾਂ ਅਸੀਂ ਜਦੋਂ ਪੇਸ਼ੈਂਟ ਨੂੰ ਡਿਸਚਾਰਜ ਕਰਨਾ ਹੈ ਉਹਦੇ ਵਿੱਚ ਐਡਵਾਈਸ ਕਰਦੇ ਹਾਂ ਕਿ ਪੇਸ਼ੈਂਟ ਨੂੰ ਨਹੀਂ ਆਕਸੀਜਨ ਦੀ ਲੋੜ ਹੈਗੀ ਹੈ ਉਹਦੇ ਹਿਸਾਬ ਦੇ ਨਾਲ ਅਸੀਂ ਪੇਸ਼ੈਂਟ ਨੂੰ ਪ੍ਰੋਵਾਈਡ ਕਰਾਂਗੇ ਨਾਭਾ ਦੇ ਵਿੱਚ ਕੋਵਿਡ ਵੈਕਸੀਨੇਸ਼ਨ ਹੋ ਰਹੀ ਹੈ 45 ਸਾਲ ਤੋਂ ਉੱਪਰ ਵਾਲੇ ਵਿਅਕਤੀਆਂ ਦੇ ਵੀ ਹੋ ਰਹੀ ਹੈ ਫਰੰਟਲਾਈਨ ਵਰਕਰਸ ਸਾਰਿਆਂ ਦੇ ਹੀ ਹੋ ਰਹੀ ਹੈ ਹੈਲਥ ਕੇਅਰ ਵਰਕਰਸ ਦੇ ਵੀ ਹੋ ਰਹੀ ਹੈ ਅਤੇ 18 ਤੋਂ 44 ਸਾਲ ਦੇ ਵਿਅਕਤੀਆਂ ਦੇ ਵੀ ਵੈਕਸੀਨੇਸ਼ਨ ਹੈ ਜਿਹਨੂੰ ਕੋਵਿਡ ਵਾਰਡ ਦਾ ਜ਼ਮਾਨਾ ਹੈ ਕੋਵਿਡ ਵਾਰਡ 'ਚ ਸਾਡੇ 14 ਮਰੀਜ਼ ਹੈ ਅੱਗੇ ਨਾਲੋਂ ਬਹੁਤ ਘੱਟ ਸੀ ਪਹਿਲੇ ਸਾਡੇ ਕੋਲ ਕਿੰਨੇ ਲੋਕ ਨੇ ਠੀਕ ਹੋ ਗਏ ਕਾਫੀ ਸਾਰੇ ਠੀਕ ਹੋ ਗਏ 150 ਦੇ ਆਸ ਪਾਸ ਠੀਕ ਹੋ ਗਏ ਇੱਕ ਕਸਟਮਰ ਨੇ ਅਸੀਂ ਲੈ ਕੇ ਆਇਆ
ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਜੇਕਰ ਕੋਈ ਪੇਸ਼ੈਂਟ ਠੀਕ ਹੋਣ ਤੋਂ ਬਾਅਦ ਵੀ ਉਹਦੇ ਲੰਗਸ 'ਚ ਪ੍ਰੋਬਲਮ ਹੈ, ਸਾਰੀ ਉਹਨੂੰ ਲੋੜ ਹੈ ਤਾਂ ਉਹ ਸਾਡੇ ਤੋਂ ਪ੍ਰਾਈਵੇਟ ਤੌਰ 'ਤੇ ਵੀ ਲੈ ਕੇ ਜਾ ਸਕਦਾ। ਠੀਕ ਹੋਣ ਤੋਂ ਬਾਅਦ ਅਸੀਂ ਉਹਦਾ ਜਿਹੜਾ ਮੇਨ ਯੂਜ਼ ਹੈ ਉਹ ਚੇਂਜ ਕਰਕੇ ਨਵਾਂ ਦੇਵਾਂਗੇ। ਔਰ ਲਗਾਤਾਰ ਜਿੰਨੇ ਵੀ ਪੇਸ਼ੈਂਟ ਹੈ ਅਸੀਂ ਉਹਨਾਂ ਨੂੰ ਕਿਸੇ ਨੂੰ ਕੋਈ ਨਾ ਨਹੀਂ, ਖੁੱਲ੍ਹਾ ਫ੍ਰੀ ਲੰਗਰ ਹੈ। ਜਿਵੇਂ ਲੰਗਰ ਦਾ ਸਿਸਟਮ ਪਹਿਲਾਂ ਕਰੋਨਾ ਮਰੀਜ਼ਾਂ ਵਾਸਤੇ ਚੱਲ ਰਿਹਾ, ਉਵੇਂ ਇਹ ਲੰਗਰ ਦਾ ਸਿਸਟਮ ਹੈ, ਫ੍ਰੀ ਬਿਲਕੁਲ ਚੱਲੂਗਾ। ਜੇ ਡਾਕਟਰ ਸਾਹਿਬ ਸਰਕਾਰੀ ਹੋਸਪਿਟਲ 'ਚੋਂ ਭੇਜਣਗੇ ਚਾਹੇ ਪ੍ਰਾਈਵੇਟ ਹੈ, ਸਾਨੂੰ ਇਸ ਨਾਲ ਕੋਈ ਲਿੰਕ ਨਹੀਂ, ਸਾਨੂੰ ਸਿਰਫ ਪੇਸ਼ੈਂਟ ਠੀਕ ਕਰਨ ਤੱਕ ਮਤਲਬ ਹੈ। ਔਰ ਇਹ ਲਗਾਤਾਰ ਆਕਸੀਜਨ ਜਿਹੜੀ ਆਪ ਬਣਾਉਂਦਾ, ਕੋਈ ਇਹਦੇ 'ਚ ਸਿਲੰਡਰ ਵਾਲਾ ਸਿਸਟਮ ਨਹੀਂ ਵੀ ਆਕਸੀਜਨ ਪਰਚੇਜ ਕਰਨੀ ਹੈ, ਮਸ਼ੀਨ ਨੇ ਆਪ ਹੀ ਆਕਸੀਜਨ ਬਣਾਉਣੀ ਹੈ। ਔਰ ਖੁੱਲ੍ਹਾ ਸਾਡੇ ਵੱਲੋਂ ਜਿੰਨੇ ਵੀ ਪੇਸ਼ੈਂਟ ਮੰਗ ਕਰਨਗੇ ਅਸੀਂ ਫਾਰਮ ਵਗੈਰਾ ਵੀ ਲਵਾਂਗੇ, ਕਿਉਂਕਿ ਮਸ਼ੀਨ ਕੋਸਟਲੀ ਆ, ਸਾਰਾ ਸਿਸਟਮ ਉਹਦਾ ਐਡਰੈਸ ਲੈ ਕੇ ਉਹਨੂੰ ਦੇਵਾਂਗੇ, ਅਤੇ ਠੀਕ ਹੋਣ ਤੋਂ ਬਾਅਦ ਵਾਪਸ ਲੈ ਕੇ ਉਹਦਾ ਜਿਹੜਾ ਮੇਨ ਸਿਸਟਮ ਆ ਉਹ ਚੇਂਜ ਕਰਕੇ ਅਗਲੇ ਪੇਸ਼ੈਂਟ ਨੂੰ ਦਿੱਤਾ। ਸਮਾਂ ਕੋਈ ਸਮਾਂ ਨਹੀਂ ਜੀ, ਪੇਸ਼ੈਂਟ ਦੇ ਠੀਕ ਹੋਣ ਤੱਕ ਹੈ। ਜਦੋਂ ਪੇਸ਼ੈਂਟ ਬਿਲਕੁਲ ਠੀਕ ਹੋ ਗਿਆ, ਉਹਨੂੰ ਆਕਸੀਜਨ ਦੀ ਡਾਕਟਰ ਸਾਹਿਬਾਂ ਦੇ ਮੁਤਾਬਕ ਨਹੀਂ ਲੋੜ ਹੈਗੀ, ਉਦੋਂ ਅਸੀਂ ਆਪਣੀ ਮਸ਼ੀਨ ਲੈ ਕੇ ਆਵਾਂਗੇ। ਜੋ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਜੋ ਆਕਸੀਜਨ ਦਾ ਲੰਗਰ ਲਾਇਆ ਗਿਆ, ਅੱਜ ਗੁਰਦੁਆਰਾ ਕਾਲਗੜ੍ਹ ਸਾਹਿਬ ਸਤਿਗੁਰਾਂ ਦਾ ਆਸ਼ੀਰਵਾਦ ਲੈ ਕੇ ਅਰਦਾਸ ਕਰਕੇ ਸ਼ੁਰੂ ਕੀਤਾ ਗਿਆ, ਬਹੁਤ ਵੱਡਾ ਵਧੀਆ ਅਪਰਾਧ ਹੈ। ਅਤੇ ਅਸੀਂ ਆਸ ਰੱਖਦੇ ਹਾਂ ਕਿ ਜੋ ਲੋੜਵੰਦਾਂ ਤੱਕ ਇਹ ਆਕਸੀਜਨ ਨਹੀਂ ਪਹੁੰਚ ਰਹੀ, ਅਸੀਂ ਚਾਹੁੰਦੇ ਹਾਂ ਵੀ ਜੋ ਗਰੀਬ ਤੋਂ ਗਰੀਬ ਬੰਦਾ ਉਹ ਇਸ ਸਕੀਮ ਜੋ ਇਹ ਆਕਸੀਜਨ ਹੈ ਇੱਥੋਂ ਫ੍ਰੀ ਦਿੱਤੀ ਜਾਊਗੀ, ਅਤੇ ਉਸਦਾ ਜੋ ਮਸ਼ੀਨ ਹੈ ਇਹ ਉਹ ਉਹਦਾ ਆਧਾਰ ਕਾਰਡ ਲੈ ਕੇ ਉਹਨੂੰ ਦਿੱਤੀ ਜਾਊਗੀ ਭਰਾ ਕੇ, ਅਤੇ ਉਹ ਜੋ ਪੂਰੀ ਉਹਦੇ 'ਚੋਂ ਉਹ ਠੀਕ ਹੋ ਜਾਏਗਾ, ਉਹ ਵਾਪਸ ਫਿਰ ਇੱਥੇ ਜਮ੍ਹਾਂ ਕਰਾਉਣੀ ਪਊਗੀ, ਅਤੇ ਉਹਦੀ ਕੋਈ ਕੋਸਟ ਨਹੀਂ ਹੈਗੀ, ਉਹਦਾ ਸਾਰਾ ਫ੍ਰੀ ਉਹਨੂੰ ਦਿੱਤੀ ਜਾਊਗੀ। ਅਸੀਂ ਚਾਹੁੰਦੇ ਹਾਂ ਵੀ ਜੋ ਗਰੀਬ ਬੰਦਾ ਜਿਹਦਾ ਇਹ ਚੀਜ਼ ਨਹੀਂ ਉਹ ਕਰ ਸਕਦਾ ਆਪਣੇ, ਉਹਨੂੰ ਇਹ ਵੱਧ ਤੋਂ ਵੱਧ ਉਹਨੂੰ ਸਹਾਇਤਾ ਕੀਤੀ ਜਾਵੇ। ਸੁਸਾਇਟੀ ਨੂੰ ਵੀ ਕਰ ਕਰਕੇ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਨੂੰ ਵੀ ਬੇਨਤੀ ਕਰੂੰਗਾ ਕਿ ਪਹਿਲਾਂ ਆਪਾਂ ਜੋ ਗਰੀਬ ਬੰਦਾ ਜੋ ਇਸ ਸਕੀਮ ਦਾ ਆਕਸੀਜਨ ਦਾ ਫਾਇਦਾ ਨਹੀਂ ਲੈ ਸਕਦਾ ਜਾਂ ਉਹ ਹੋਸਪਿਟਲ 'ਚ ਵਿੱਚ ਉਹਨੂੰ ਆਪਦਾ ਵਿੱਤੀ ਉਹਦੇ ਲਈ ਇੰਨੀ ਸਮਰੱਥਾ ਨਹੀਂ ਵੀ ਆਪਾਂ ਗਰੀਬ ਬੰਦੇ ਤੋਂ ਸ਼ੁਰੂ ਕਰੀਏ, ਚਲੋ ਅਮੀਰ ਬੰਦਾ ਤਾਂ ਆਪਦੀ ਕਿਤੇ ਹੋਰ ਵੀ ਅਰੇਂਜ ਕਰ ਦੂਗਾ, ਉਹ ਜੇ ਲੋੜਵੰਦ ਨੂੰ ਆਪਾਂ ਵੱਧ ਤੋਂ ਵੱਧ ਤਰਜੀਹ ਦਈਏ ਤਾਂ ਹੀ ਇਹ ਲੰਗਰ ਦਾ ਸਭ ਤੋਂ ਵੱਧ ਫਾਇਦਾ। ਅਤੇ ਸਾਰੀ ਇਹ ਸੰਸਥਾ ਪਹਿਲਾਂ ਵੀ ਬਹੁਤ ਵੱਡੇ ਉਪਰਾਲੇ ਇੱਥੇ ਆਪਣੇ ਨਾਭਾ ਸ਼ਹਿਰ 'ਚ ਕਰ ਰਹੇ ਨੇ, ਚਾਹੇ ਲੋੜਵੰਦਾਂ ਦੀ ਕਿਸੇ ਦਾ ਮਕਾਨ ਬਣਾਉਣਾ ਜਾਂ ਕਿਸੇ ਨੂੰ ਲੰਗਰ ਪੀਜੀਏ 'ਚ ਲੰਗਰ ਵੀ ਲੈ ਕੇ ਜਾਂਦੇ ਨੇ ਇਹ। ਅਤੇ ਆ ਇੱਥੇ ਇਹਨਾਂ ਨੇ ਬਾਬਾ ਦੀਪ ਸਿੰਘ ਚੌਂਕ ਵੀ ਬਣਾਇਆ, ਸ਼ਹੀਦ ਬਾਬਾ ਦੀਪ ਸਿੰਘ ਚੌਂਕ। ਅਤੇ ਹੋਰ ਵੀ ਇਹ ਸਰਦਾਰ ਅਮਨਦੀਪ ਸਿੰਘ ਲਵਲੀ ਜੋ ਇਹਦੇ ਮੁੱਖ ਸੇਵਾਦਾਰ ਨੇ, ਉਹ ਐਸੀ ਸਮਾਜ ਜੋ ਆਪਣੇ ਲੋੜਾਂ ਨੇ ਲੋਕਾਂ ਦੀਆਂ, ਜੋ ਗਰੀਬ ਪਰਿਵਾਰ ਨੇ ਉਹਨਾਂ ਦੀ ਸਹਾਇਤਾ ਕਰਦੇ ਰਹੇ ਨੇ, ਕਰਦੇ ਆ ਰਹੇ ਨੇ ਅਤੇ ਹੁਣ ਵੀ ਕਰ ਰਹੇ ਨੇ। ਅਤੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ, ਇਸ ਤਰ੍ਹਾਂ ਹੀ ਜੋ ਗਰੀਬਮੰਦ ਲੋੜਵੰਦ ਲੋਕ ਨੇ ਉਹਨਾਂ ਦੀ ਵੱਧ ਤੋਂ ਵੱਧ ਸੇਵਾ ਕਰੇ। ਅਤੇ ਹੁਣ ਵੀ ਮੈਂ ਇਹਨਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਗਰੀਬ ਬੰਦੇ ਤੋਂ ਇਹ ਜੋ ਲੰਗਰ ਦੀ ਸੇਵਾ ਸ਼ੁਰੂ ਕਰਕੇ ਆਪਾਂ ਗਰੀਬ ਬੰਦਾ ਜੋ ਲੋੜਵੰਦ ਬੰਦਾ ਉਹਦੀ ਆਪਾਂ ਗੁਰੂ ਆਸੇ ਅਨੁਸਾਰ ਜੋ ਆਪਾਂ ਗੁਰੂ ਦਾ ਸਿਧਾਂਤ ਹੈ ਉਹਦੇ ਵਿੱਚ ਪਹਿਰਾ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਧੀਆ ਉਪਰਾਲਾ ਕੀਤਾ ਗਿਆ, ਆਖਰੀ ਵਾਰ ਲੰਗਰ ਲਗਾਇਆ, ਇਹ ਜਿਹੜਾ ਅੱਜ ਕਰੋਨਾ ਮਹਾਂਮਾਰੀ ਦੇ ਬਿਮਾਰੀ ਦੇ ਕਰੋਪ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ। ਇਹ ਪਹਿਲਾਂ ਬੜੇ ਲੰਮੇ ਸਮੇਂ ਤੋਂ ਜਿੱਥੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਦੇ ਆ ਰਹੇ ਨੇ, ਸਮੇਂ ਸਮੇਂ 'ਤੇ ਲੋੜਵੰਦ ਮਰੀਜ਼ਾਂ ਦੀ ਸੇਵਾ ਕਰਦੇ ਆ ਰਹੇ ਨੇ, ਉੱਥੇ ਅੱਜ ਕਰੋਨਾ ਮਹਾਂਮਾਰੀ ਦੇ ਸਮੇਂ ਦੇ ਵਿੱਚ ਆਕਸੀਜਨ ਦੇ ਲੰਗਰਾਂ ਦੀ ਸੇਵਾ ਵੀ ਇਹ ਸੁਸਾਇਟੀ ਕਰਨ ਦਾ ਉਪਰਾਲਾ ਕਰ ਰਹੀ ਹੈ। ਅਸੀਂ ਇਹਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਔਰ ਅਜੇ ਆਸ ਕਰਦੇ ਹਾਂ ਕਿ ਸੁਸਾਇਟੀ ਦਿਨ ਰਾਤ ਇਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਦੇ ਵਿੱਚ ਲੱਗੀ ਰਹੇ। ਇਹ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਜਿਹੜੀ ਹੈਗੀ ਹੈ ਬੜੇ ਲੰਮੇ ਸਮੇਂ ਤੋਂ ਸ਼ਹਿਰ ਦੇ ਵਿੱਚ ਵੀ ਅਤੇ ਸ਼ਹਿਰ ਤੋਂ ਬਾਹਰ ਜਿਵੇਂ ਰਜਿੰਦਰਾ ਹਸਪਤਾਲ ਹੋ ਗਿਆ, PGI ਚੰਡੀਗੜ੍ਹ ਹਸਪਤਾਲ ਹੋ ਗਿਆ, ਉੱਥੇ ਲੰਗਰਾਂ ਦੀ ਸੇਵਾ ਕਰਦੀ ਹੈ ਔਰ ਸੁੱਕੇ ਰਾਸ਼ਨ ਦੀ ਲੋੜਵੰਦ ਪਰਿਵਾਰਾਂ ਨੂੰ ਉਹ ਵੀ ਸੇਵਾ ਕਰਦੀ ਆ ਰਹੀ ਹੈ, ਜਿਹੜੀ ਕਿ ਬਹੁਤ ਹੀ ਸ਼ਲਾਘਾਯੋਗ ਹੈ। ਆਵਾਜ਼ ਕੰਮ ਟੀਵੀ ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ।